ਪੰਜਾਬ ਦੇ 18ਵੀਂ ਸਦੀ ਦੇ ਇਤਿਹਾਸ ਵਿੱਚ ਅਮਰ ਸ਼ਾਹ ਅਬਦਾਲੀ ਦਾ ਖਾਸ ਸਥਾਨ ਹੈ। ਉਸਨੇ ਪੰਜਾਬ ਦੇ 11 ਹਮਲੇ ਕੀਤੇ ਹਨ, ਜਿਹਨਾਂ ਦਾ ਵੇਰਵਾ ਸਿੱਖ ਰਾਜ ਕਿਵੇਂ ਬਣਿਆ ਪੁਸਤਕ ਵਿੱਚ ਦਿੱਤੇ ਆਏ। 1739 ਈਸਵੀ ਨੂੰ ਨਾਦਰ ਨੇ ਹਮਲਾ ਕੀਤਾ ਅਤੇ ਮੁਗਲ ਰਾਜ ਦੀਆਂ ਜੜ੍ਹਾਂ ਤੱਕ ਹਲਾ ਦਿੱਤਾ ਗਿਆ। ਮਗਰ ਕੁਛ ਸਮੇਂ ਬਾਅਦ ਨਾਦਰ ਆਪਣੇ ਆਦਮੀਆਂ ਦੇ ਸੁਕਤਰ ਹੋ ਗਿਆ। ਅਮਰ ਸ਼ਾਹ ਅਬਦਾਲੀ ਨੇ ਬਾਦਸ਼ਾਹੀ ਮੱਲੇ ਤੋਂ ਪਹਿਲਾ ਹਮਲਾ ਅਮਰ ਸ਼ਾਹ ਅਬਦਾਲੀ ਨੇ ਮਾਨੂਪੁਰ ਤੇ ਕੀਤਾ, ਜਿੱਥੇ ਲੜਾਈ ਵਿੱਚ ਪੂਰੀ ਤਰ੍ਹਾਂ ਮੀਰ ਮਨੂ ਤੋਂ ਹਾਰ ਕੇ ਗਏ। ਪਰ ਤੀਸਰੇ ਹਮਲੇ ਵਿੱਚ ਮੀਰ ਮਨੂ ਜਦ ਕਿ ਪੰਜਾਬ ਦਾ ਗਵਰਨਰ ਸੀ, ਉਸਨੂੰ ਸ਼ਕਸਤ ਦੇ ਕੇ ਉਹ ਪੰਜਾਬ ਦਾ ਮਾਲਕ ਆਪ ਬਣ ਗਏ। ਮੀਰ ਮਨੂ ਉਸਦੇ ਮਾਤਹਿਤ ਹੋ ਗਏ। ਮੀਰ ਮਨੂ ਦੇ ਮਰਨ ਦੇ ਬਾਅਦ ਉਹਦੀ ਬੇਗਮ ਨੇ ਅਮਰ ਸ਼ਾਹ ਅਬਦਾਲੀ ਨੂੰ ਬੁਲਾਇਆ। ਹੁਣ ਇੰਨੇ ਸਮੇਂ ਵਿੱਚ ਸਿੱਖਾਂ ਦਾ ਕੀ ਰੋਲ ਹੈ? ਨਾਦਰ ਆਇਆ, ਬੜੀ ਗਿਣਤੀ ਥੋੜ੍ਹੀ ਹੈ, ਜੰਗਲਾਂ ਵਿੱਚ ਰਹਿੰਦੇ ਨੇ ਸਿੱਖ, ਮਗਰ ਮੁਰਦੀ ਫੌਜ ਉਹਨਾਂ ਨੇ ਦਿਲ ਖੋਲ੍ਹ ਕੇ ਲੁੱਟੀ। ਅਬਦਾਲੀ ਵੀ ਜਿੰਨੀ ਵਾਰ ਆਇਆ ਹੈ ਉਹਨਾਂ ਸੁੱਕਾ ਨਹੀਂ ਜਾਣ ਦਿੱਤਾ, ਆਪਣਾ ਹਿੱਸਾ ਨਾਲ ਵੰਡਾਉਂਦੇ ਰਹੇ। ਖਾਸ ਕਰਕੇ ਜੋ ਲੜਕੀਆਂ ਬਣ ਕੇ ਲਿਜਾਂਦਾ ਸੀ ਸਿੱਖ, ਉਹਨਾਂ ਨੂੰ ਛੁਡਾਇਆ ਕਰਦੇ ਸਨ। ਅਤੇ ਚੌਥੇ ਹਮਲੇ ਵਿੱਚ ਅਬਦਾਲੀ ਇੰਨਾ ਪਰੇਸ਼ਾਨ ਹੋਇਆ ਕਿ ਜਾਂਦਾ ਹੋਇਆ ਆਪਣੇ ਪੁੱਤਰ ਸ਼ਹਿਜ਼ਾਦਾ ਟੈਗੋਰ ਨੂੰ ਲਾਹੌਰ ਦਾ ਗਵਰਨਰ ਬਣਾ ਗਏ ਔਰ ਆਪਣੇ ਤਜਰਬਾਕਾਰ ਜਰਨੈਲ ਜਹਾਨ ਖਾਨ ਨੂੰ ਉਹਦੇ ਮਾਤਾ ਉਹਦਾ ਸੈਨਾਪਤੀ ਬਣਾ ਗਏ। 10,000 ਅਫਗਾਨੀ ਫੌਜ ਛੱਡੀ, ਨਾਲ ਹੁਕਮ ਦਿੱਤਾ ਹੈ ਕਿ ਸਿੱਖਾਂ ਨੂੰ ਸਲਾਮਾਤ ਤੇ ਦਬਾ ਦਿੱਤਾ ਜਾਵੇ। ਇਲਾਕੇ ਦੀ ਫੌਜ ਇਕੱਠੀ ਕਰਕੇ ਲਗਭਗ 40,000 ਦੇ ਕਰੀਬ ਪਿਆ ਹੈ ਜਹਾਨ ਖਾਨ ਅੰਮ੍ਰਿਤਸਰ ਉੱਤੇ। ਬਾਬਾ ਗੁਰਬਖਸ਼ ਸਿੰਘ ਜੀ ਪਿੰਡ ਲੀਹ ਦੇ ਰਹਿਣ ਵਾਲੇ ਕੇਵਲ 30 ਸਿਪਾਹੀਆਂ ਸਣੇ, ਉਹਦਾ ਟਾਕਰਾ ਕਰਕੇ ਸ਼ਹੀਦ ਹੋ ਗਏ। ਉਹਨਾਂ ਸ਼ਹਾਦਤ ਦੇ ਬਾਅਦ ਜਹਾਨ ਖਾਨ ਨੇ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ, ਸਰੋਵਰ ਦਾ ਵੀ ਕੁਝ ਹਿੱਸਾ ਪੂਰ ਦਿੱਤਾ ਗਿਆ। ਉਸ ਵੇਲੇ ਸ਼ਹੀਦਾਂ ਦੇ ਮਿਸਲਦਾਰ ਬਾਬਾ ਦੀਪ ਸਿੰਘ ਜੀ ਉਹ ਦਮਦਮਾ ਸਾਹਿਬ ਹਨ, ਉਹਨਾਂ ਦਾ ਸਦਰ ਮੁਕਾਮ ਹੋਈ, ਆਪਣੇ ਮਿਸਲ ਸਣੇ ਉੱਥੇ ਬੈਠੇ ਹਨ। ਬੜੇ ਭਜਨੀਕ ਪੁਰ ਸੰਤ ਔਰ ਸਿਪਾਹੀ ਸੰਤ ਪੁਣਾ ਉਹਨਾਂ ਦੇ ਇੱਥੋਂ ਤੱਕ ਸਮਝ ਲਓ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਬੀੜਾਂ ਆਪਣੇ ਹੱਥੀਂ ਲਿਖੀਆਂ। ਅਤੇ ਸਿਪਾਹੀ ਅਜੇ ਹਨ, ਹਰ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਿਆ ਕਰਦੇ ਸਨ, ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਵਿੱਚ, ਬਾਬਾ ਬੰਦਾ ਸਿੰਘ ਦੀਆਂ ਲੜਾਈਆਂ ਵਿੱਚ, ਮੋਹਰੀ ਜਥਾ ਉਹਨਾਂ ਦਾ ਹੋਇਆ ਕਰਦਾ ਸੀ। ਇਸ ਵਾਸਤੇ ਸਿੱਖਾਂ ਵਿੱਚ ਉਹਨਾਂ ਦਾ ਨਾਮ ਸ਼ਹੀਦੀ ਜਥਾ ਪੈ ਗਏ। ਸੋ ਚੱਲਿਆ ਹੋਇਆ ਕੋਈ ਗੁਰਦੁਆਰਾ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ, ਜਿੱਥੇ ਬਾਬਾ ਦੀਪ ਸਿੰਘ ਜੀ ਬੈਠੇ ਦੀਵਾਨ ਸਜਿਆ ਹੋਇਆ ਕੀਰਤਨ ਸੁਣ ਰਹੇ ਹਨ। ਕਰੋ ਕੇ ਬਾਬਾ ਜੀ ਦੇ ਸਾਹਮਣੇ ਅੰਮ੍ਰਿਤਸਰ ਦੀ ਦੁੱਖ ਭਰੀ ਕਹਾਣੀ ਉਹ ਸੇਵਕ ਕਿਉਂ ਕਹਿ ਰਿਹਾ ਬਈ?
ਜੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਿਆ ਕਰਦਾ। ਤਾਂ ਬਾਬਾ ਦੀਪ ਸਿੰਘ ਵਰਗਾ ਯੋਧਾ ਜੋ ਸਦਾ ਅਕੇਲੇ ਲੜਾਈਆਂ ਵਿੱਚ ਲੜਦਾ ਸੀ, ਜਿਸ ਨੂੰ ਮਰਨ ਤੋਂ ਪਹਿਲੇ ਨਹੀਂ ਸੀ, ਉਹ ਕਿਵੇਂ ਬਰਦਾਸ਼ਤ ਕਰ ਦਿੰਦਾ? ਜੋਸ਼ ਵਿੱਚ ਆ ਗਿਆ, ਅੱਖਾਂ ਲਾਲ ਹੋ ਗਈਆਂ, ਮੱਥੇ 'ਤੇ ਚੌੜੀ ਪੈ ਗਈ, ਤੋਕੇ ਖੰਡਾ ਖਲੋ ਕੇ ਸੰਗੇ ਸਾਹਮਣੇ ਬੰਗਾਰ ਕੀ ਕਿਉਂ ਕਹਿੰਦਾ? ਜੋ ਜਾ ਕੇ ਮੱਸੇ ਦਾ ਸਿਰ ਲਿਆਵੇ, ਅਤੇ ਬਾਬਾ ਦੀਪ ਸਿੰਘ ਕਹਿ ਰਹੇ ਨੇ
ਕਿ ਮੈਂ ਚੱਲਿਆ ਸ਼ਹੀਦੀ ਪ੍ਰਾਪਤ ਕਰਨ ਵਾਸਤੇ, ਆਹ ਉਸਨੇ ਮੇਰੇ ਨਾਲ ਚੱਲਣ। ਇਹਦਾ ਕਾਰਨ ਕੀ? ਦੋਵੇਂ ਥਾਂ ਮਨ ਸਿੱਖੀ ਦੇ ਪੱਖ ਦੇ ਉਸਾਰੂ ਹਨ, ਪਰ ਦੋਵਾਂ 'ਚ ਥੋੜ੍ਹਾ ਜਿਹਾ ਫਰਕ ਹੈ ਵਿਚਾਰਧਾਰਾ ਦਾ। ਬੁੱਢਾ ਸਿੰਘ ਜਰਨੈਲ ਦੇ ਸਾਹਮਣੇ ਪ੍ਰਮੁੱਖ ਹੈ ਰਾਜਨੀਤੀ ਧਰਮ ਦੀ ਸਹਾਇਤਾ ਵਾਸਤੇ, ਪਰ ਬਾਬਾ ਦੀਪ ਸਿੰਘ ਜੀ ਦੇ ਮਨ ਵਿੱਚ ਸ਼ਰਧਾ ਹੈ, ਤਸੱਲੀ ਹੈ, ਮਰਨ ਹਾਰ ਇਜੀਅਰਾ ਨਾਹੀਂ। ਇੱਥੇ ਧਰਮ ਪ੍ਰਮੁੱਖ ਹੈ, ਰਾਜਨੀਤੀ ਉਸਦੇ ਬਾਅਦ। ਕਿਆ ਹੋ ਸਿੰਘੋ, ਮੈਂ ਚੱਲਿਆ ਹਾਂ, ਕਿਸਨੇ ਮੇਰੇ ਨਾਲ ਚੱਲਣਾ ਸ਼ਹੀਦ ਹੋਣ ਵਾਸਤੇ? ਤਿਆਰ ਹੋ ਜਾਓ। ਪਰ ਇਹ ਨਹੀਂ ਕਿਹਾ ਕਿ ਜਿਹੜਾ ਮੇਰਾ ਸਾਥ ਨਹੀਂ ਦੇਵੇਗਾ ਮੈਂ ਉਸਨੂੰ ਛੇਕ ਦਿਆਂਗਾ ਕਿ ਨਿਰਾਦਰ ਕਰਾਂਗਾ। ਨਹੀਂ, ਮੈਂ ਜਾ ਰਿਹਾ ਹਾਂ, ਜਿਹੜਾ ਨਹੀਂ ਜਾ ਸਕਦਾ ਫਿਰ ਤਿਆਰ ਹੋਵੇ ਆਉਣ ਵਾਲੇ ਸਮੇਂ ਨਾਲ ਟੱਕਰ ਲੈਣ ਵਾਸਤੇ। ਤੋ ਦਮਦਮਾ ਸਾਹਿਬ ਦੀ ਮਹੰਤੀ ਤਿਆਗ ਦਿੱਤੀ, ਆਪਣਾ ਜੱਥਾ ਲੈ ਕੇ ਤੁਰ ਪਏ। ਸਹੀ ਸਹੀ ਮਾਲਵੇ ਦੇ ਪਿੰਡਾਂ ਵੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਫਿਰੋਜ਼ਪੁਰ ਦੇ ਪੱਤਣ ਤੋਂ ਦਰਿਆ ਪਾਰ ਕੀਤਾ, ਖੇਮਕਰ ਨਾ ਡੇਰਾ ਲਾਇਆ। ਉਹਨਾਂ ਦਾ ਨਿਸ਼ਾਨਾ ਸੀ ਕਿ ਮਾਝੇ ਦੇ ਸਿੱਖਾਂ ਨੂੰ ਵੀ ਨਾਲ ਲਿਆ ਜਾਏ। ਸੋ ਥਾਂ ਪਿੰਡਾਂ ਵਿੱਚ ਉਹਦੇ ਸਿੰਘ ਪਹੁੰਚ ਗਏ ਹਨ, ਅਤੇ ਸਹੀ ਸਹੀ ਚੱਲਦਾ ਚੱਲਦਾ ਬਾਬਾ ਦੀਪ ਸਿੰਘ ਤਰਨ ਤਾਰਨ ਨਾਲ ਪਹੁੰਚੇ। ਖੇਮਕਰਨ ਤੱਕ ਪਹੁੰਚਦਿਆਂ 5000 ਫੌਜ ਉਹਦੇ ਨਾਲ ਹੋ ਗਈ ਸੀ, ਪਰ ਤਰਨ ਤਾਰਨ ਪਹੁੰਚ ਕੇ ਖਬਰਾਂ ਪਹੁੰਚ ਗਈਆਂ ਬਾਬਾ ਜੀ ਅੱਗੇ ਜਹਾਨ ਖਾਨ ਗੋਲਵਰ ਦੇ ਕੋਲ 40,000 ਫੌਜ ਲੈ ਕੇ ਤੁਹਾਡਾ ਰਸਤਾ ਰੋਕੀ ਖਲੋਤਾ ਹੈ, ਮੋਰਚੇ ਮਲ ਕੇ ਬੈਠਾ। ਇਸ ਵੇਲੇ ਤੱਕ ਬਾਬਾ ਜੀ ਦੇ ਨਾਲ 10,000 ਸਿੰਘ ਇਕੱਠੇ ਹੋ ਗਏ। ਤਰਨ ਤਾਰਨ 5ਵੇਂ ਪਾਤਸ਼ਾਹ ਦੇ ਚਰਨਾਂ 'ਚ ਖਲੋ ਕੇ ਸਿਰ ਨੂੰ ਆ ਕੇ ਸ਼ਰਧਾ ਨਾਲ ਬਾਬਾ ਦੀਪ ਸਿੰਘ ਜੀ ਇੱਕ ਅਰਦਾਸ ਕਰ ਰਹੇ ਹਨ, ਬਈ ਸਿੰਘ ਰਾਜ ਗੁਰਦਾਰ ਦਾ ਗੁਰਦਾਰ ਦਾ ਗਲ ਭੁੱਲ
ਵਿੱਚ ਅਰਜੁਨ ਦੀ ਪ੍ਰਤਿਗਿਆ ਨੂੰ ਖਾਸ ਸਥਾਨ ਦਿੱਤਾ ਜਾਂਦਾ ਹੈ। ਉਹਦਾ ਪੁੱਤਰ ਅਭਿਮਨੂ ਬੇਹਥਿਆਰਾ ਘੇਰੇ ਵਿੱਚ ਆਇਆ, ਜਦਰਥ ਇੱਥੋਂ ਮਾਰਿਆ ਗਿਆ ਤਾਂ ਪ੍ਰਣ ਕਰਦਾ ਹੈ ਅਰਜੁਨ, ਜੇ ਕੱਲ੍ਹ ਦਾ ਸੂਰਜ ਛਕਣ ਤੋਂ ਪਹਿਲਾਂ ਮੈਂ ਜਦਰਥ ਨੂੰ ਮਾਰਨ ਵਾਲਿਆ ਤਾਂ ਜਿਉਂਦਾ ਅੱਗ ਵੀ ਸੜ ਮਰਾਂ। ਉਸਨੇ ਸੜ ਮਰਨ ਦਾ ਪ੍ਰਣ ਕੀਤਾ ਹੈ, ਇਹ ਦਾਵਾ ਨਹੀਂ ਕਰ ਸਕਿਆ ਕਿ ਜਿੰਨਾ ਚਿਰ ਮੈਂ ਗੈਦਰਥ ਨੂੰ ਮਾਰ ਨਹੀਂ ਲਵਾਂਗਾ ਉਹਨਾਂ ਦਾ ਜਿਉਂਦਾ ਰਹਾਂਗਾ। ਪਰ ਬਾਬਾ ਦੀਪ ਸਿੰਘ ਜੀ ਦਾ ਅਨੋਖਾ ਪ੍ਰਣ ਹੈ, ਮੈਂ ਤਰ੍ਹਾਂ ਤਰਾਵਾ ਸੀਸ ਦਾ ਅੰਮ੍ਰਿਤਸਰ ਜਾ ਕੇ ਸ਼ਹੀਦ ਹੋਣ ਵਾਸਤੇ ਚੱਲਿਆ ਹਾਂ, ਪਰ ਰਸਤੇ ਵਿੱਚ ਨਹੀਂ ਅੰਮ੍ਰਿਤਸਰ ਪਹੁੰਚ ਕੇ ਹੀ ਆਪਣੇ ਪ੍ਰਾਣ ਦੀ ਕੁਰਬਾਨੀ ਦੇਵਾਂਗਾ। ਅਤੇ ਉਸ ਹਾਲਤ ਵਿੱਚ ਇਹ ਪ੍ਰਤਿਗਿਆ ਕੀਤੀ ਜਾ ਰਹੀ ਹੈ, ਜਦ ਰਸਤੇ ਵਿੱਚ ਆਪ ਤੋਂ ਚਾਰ ਗੁਣਾ ਜ਼ਿਆਦਾ ਦੁਸ਼ਮਣ ਗੋਲਵਰ ਦੇ ਕੋਲ ਮੋਰਚੇ ਮੱਲੀ ਬੈਠਾ ਹੈ। ਇਹ ਗਿਣਤੀ ਤੈ ਮਾਸਤਾ ਮਸਕੀਨ ਜੋ ਉਸ ਵੇਲੇ ਨਾਲ ਹੈ ਦੁਸ਼ਮਣ ਦੀ ਫੌਜ ਦੇ, ਆਪਣੇ ਆਜ਼ਾਦ ਦਾਖਤਾਂ ਵੀ ਦੇ ਰਹੇ। ਉਹ ਕਹਿੰਦਾ ਸਿੱਖਾਂ ਦੀ ਗਿਣਤੀ 10,000 ਤੋਂ ਵੱਧ ਨਹੀਂ, ਪਰ ਸਾਡੀ ਗਿਣਤੀ 40,000 ਤੋਂ ਵੀ ਕੁਝ ਉੱਪਰ ਸੀ। ਅਤੇ ਦੁਸ਼ਮਣ ਮੋਰਚੇ ਮੱਲੀ ਬੈਠਾ ਹੈ, ਇਹਨਾਂ ਪੱਧਰ ਵੱਲੋਂ ਜਾਣਾ ਹੈ। ਇਹ ਪ੍ਰਣ ਕੀਤਾ ਜਾ ਰਿਹਾ ਹੈ ਕਿ ਮੈਂ ਅੰਮ੍ਰਿਤਸਰ ਪਹੁੰਚ ਕੇ ਸ਼ਹੀਦ ਹੋਵਾਂ, ਉਸ ਤੋਂ ਰਹੇ ਨਹੀਂ। ਕਿੰਨਾ ਅਨੋਖਾ ਪ੍ਰਣ ਹੈ, ਬੱਚਾ ਇੱਥੋਂ ਫਸਟ ਕਲਾਸ ਵਿੱਚ ਬੈਠਦਾ ਹੈ ਅਤੇ ਪਹੁੰਚਣਾ ਹੈ ਬੰਬਈ, ਮਾਂ ਖਲੋਤੀ ਪਲੈਟਫਾਰਮ 'ਤੇ ਪੱਕੀਆਂ ਕਰਦੀ, ਪੁੱਤਰ ਜਾਂਦੇ ਹਾਂ ਜੀ ਉੱਥੇ, ਮੈਨੂੰ ਚਿੱਠੀ ਲਿਖਦੇ ਵੀ ਕਿੰਨਾ ਕਿਤੇ ਚਿੱਠੀ ਨਹੀਂ ਆਏਗੀ, ਮੈਨੂੰ ਸ਼ਾਂਤੀ ਨਹੀਂ ਹੋਣੀ। ਨਹੀਂ ਨਹੀਂ ਬਹੁਤ ਦੇਰ ਲੱਗ ਜਾਏਗੀ ਚਿੱਠੀ ਨੂੰ, ਉੱਥੋਂ ਜਾਣੇ ਆ ਤਾਰ ਪਾ ਦੇ ਤਾਂ ਕਿ ਮੈਨੂੰ ਯਕੀਨ ਹੋ ਜਾਵੇ ਤੂੰ ਸਹੀ ਸਲਾਮਤ ਪਹੁੰਚ ਗਏ। ਕੀ ਇਹਨਾਂ ਪੱਕੀਆਂ ਵਿੱਚ ਮੌਤ ਦਾ ਭੈ ਤਾਂ ਨਹੀਂ? ਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਦ੍ਰਿੜ ਕਰਾ ਦਿੱਤਾ ਹੈ ਕਿ ਮਰਨ ਹਾਰ ਇਜੀਆਰਾ ਰਾਹੀਂ, ਜਿੰਨਾ ਚਿਰ ਤੂੰ ਜਿਉਣਾ ਹੈ ਤੇਰੇ ਰਸਤੇ ਵਿੱਚ ਕੋਈ ਸ਼ਕਤੀ ਨਹੀਂ। ਸਰੋਖਾ ਪ੍ਰਣ ਹੈ, ਜਿਉਣ ਦਾ ਦਾਅਵਾ ਕੀਤਾ ਜਾ ਰਿਹਾ ਤਾਂ ਸ਼ਾਇਰਾਨਾ ਤਸਵਰ ਹੈ। ਬਹੁਤ ਘਬਰਾ ਉੱਠੀ, ਸੋਚਦੀ ਅੱਜ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਮਗਰੇ ਮੇਰੇ ਨਾਲ ਸ਼ਰਤ ਲਗਾ ਰਿਹਾ ਹੈ ਕਿ ਮਰਨਾ ਹੈ ਅੰਮ੍ਰਿਤਸਰ ਜਾ ਕੇ, ਮੈਂ ਇਸਨੂੰ ਪਹੁੰਚਣ ਨਹੀਂ ਦੇਵਾਂਗੀ। ਜੇ ਆਪਣੇ ਪ੍ਰਣ 'ਚ ਪੂਰਾ ਉਤਰ ਗਿਆ ਮੇਰਾ ਪੈ ਉੱਠ ਜਾਏਗਾ। ਸੋ ਇੱਕ ਪਾਸੇ ਮੌਤ ਦਾਅਵੇ ਦੇ ਰਹੀ ਹੈ ਮੈਂ ਪ੍ਰਣ ਪਹੁੰਚਣ ਨਹੀਂ ਦਿਆਂਗਾ, ਤੋੜ ਨਿਕਲ ਦਿਆਂਗੀ, ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਭਰੋਸਾ ਰੱਖਣ ਵਾਲਾ ਬਾਬਾ ਦੀਪ ਸਿੰਘ ਜਿਸ ਨੂੰ ਇਹ ਯਕੀਨ ਹੈ ਪ੍ਰਭ ਭਾਵੇ ਬਿਨ ਸਾਹ 'ਤੇ ਰਾਖੇ, ਉਹ ਦਾਅਵਾ ਕਰ ਰਿਹਾ ਹੈ ਮੈਂ ਆਪਣੀ ਮੰਜ਼ਿਲ 'ਤੇ ਪਹੁੰਚਾਂਗਾ। ਸੋ ਮੌਤ ਔਰ ਬਾਬਾ ਦੀਪ ਸਿੰਘ ਆਮੋ ਸਾਹਮਣਾ ਸਵਾਲ ਜਵਾਬ ਕਰ ਰਹੇ ਨੇ। ਹੁਣ ਕਹੇ ਗੱਲ ਸੰਗਤੀ ਬੋਲੀ, ਮੌਤ ਵੰਗਾਰ ਕੇ ਉੱਠਿਆ ਡੂਨਾ ਸੂਰਮਾ ਦੇਗ ਸੁਆਰ ਕੇ, ਰੋਲਾਂਗੀ ਤਾਂ ਤੇਰੇ ਰਾਜੇ ਵਿੱਚ ਮਾਰ ਕੇ, ਅੱਜ ਤਾਂ ਤੂੰ ਗਿਆਨ ਸਿੰਘ ਮੈਨੂੰ ਲਲਕਾਰ ਕੇ, ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਨਾ ਬਣ ਤੂੰ ਦਾਈਏ ਖਾਲਸਾ। ਦੀਪ ਸਿੰਘ ਬੋਲੇ ਅੱਗੋਂ ਗੁੱਸੇ ਚ ਆਣ ਕੇ, ਲਾਉਣੀ ਹੈ ਮੱਥਾ ਕਾਨੂੰ ਸਿੰਘਾਂ ਨਾਲ ਜਾਣ ਕੇ, ਸਕਦਾ ਨੀ ਰੋਗ ਧਰਮ ਦਾ ਆਪ ਜੀ ਆਣ ਕੇ, ਸਿੰਘ ਦੇ ਸਤਿਗੁਰੂ ਨੂੰ ਕੌਣ ਦਬਾਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ, ਕੀਤੇ ਪਰ ਤੋੜ ਨਿਭੇਗੇ। ਤੀਹ ਅਵਤਾਰ ਮੈਂ ਭੀਸ਼ਮ ਤੇ ਕਰਨ ਹੋਣਗੇ, ਸਾਜੇ ਨਾ ਮਾਰ ਮੈਂ ਰਾਮ ਤੇ ਮੇਘ ਨਾਲ ਗਏ, ਕੀਤੇ ਸੁਰਸ਼ਾਰ ਮੈਂ ਕੌਣ ਹੋ ਜੋ ਵੱਡੇ ਸੂਰ ਮੈਂ ਤੁਰ ਗਏ ਤਾਂ ਮਾਰ ਕੇ, ਨਾ ਬਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਨਾ ਬਣ ਤੂੰ ਦਾਈਏ ਖਾਲਸਾ। ਰੱਖੇਗਾ ਸੀ ਜਿਨ੍ਹਾਂ ਦੇ ਪਹਿਲਾ ਤਲਵਾਰ ਤੇ, ਖੇਡਣ ਜੋ ਹਾਰ ਸੜਾਈ ਖੰਡੇ ਦੀ ਧਾਰ ਤੇ, ਸੌ ਸੌ ਸਿਰ ਲਾਵਣ ਜਿਹੜੇ ਟਿੱਕੇ ਇੱਕ ਵਾਰ ਤੇ, ਆਰੇ ਜੇ ਕਾ ਸਾਹਮਣੇ ਅਰਨਾ ਨਾ ਪਾਵੇਗਾ, ਸਿੰਘ ਦਾ ਅਰਦਾਸਾ ਕੀਤਾ ਤੋੜ ਨਿਭ ਜਾਏਗਾ, ਕੀਤੇ ਪਰ ਤੋੜ ਨਿਭਣਗੇ। ਮੌਤ ਦਾ ਜਾਮਨਾ ਜੰਨਿਆ ਜੋ ਜਗ ਵਿੱਚ ਸਭ ਨੂੰ ਕਾਲਾ ਨੇ ਮਾਰ ਕੇ, ਰਾਵਣ ਤੂੰ ਦਾਈਏ ਕੂੜ ਦੇ ਤੁਰ ਜਾਏਗਾ ਹਾਰ ਕੇ, ਰਾਵਣ ਤੂੰ ਦਾਈਏ ਖਾਲਸਾ। ਬੋਲਿਆ ਪਮਕਾਏ ਕੇ ਸੁਣ ਲੈ ਸਭ ਦੁਨੀਆ ਅੱਖਾਂ ਖੰਡਾ ਲਿਸ਼ਕਾਏ ਕੇ, ਧਰਨਾ ਮੈਂ ਸੀ ਚੜਾਵਾ ਅੰਮ੍ਰਿਤਸਰ ਜਾਏ ਕੇ, ਸੀ ਗਲੇ ਧਰਮ ਦੀ ਸਾਰਾ ਜਗ ਆਏਗਾ, ਸਿੰਘ ਅਰਦਾਸਾ ਕੀਤਾ ਪੂਰੇ ਸਿੱਖ ਨਾਲ ਅਰਦਾਸ ਕਰਕੇ 11 ਨਵੰਬਰ 1757 ਈਸਵੀ ਨੂੰ
ਬਾਬਾ ਦੀਪ ਸਿੰਘ ਜੀ ਨੇ ਮਾਰ ਕੇ ਨਿਕਾਲਿਆ ਚੋਰ, ਤਰਨ ਤਾਰਨ ਤੋਂ ਚੜ੍ਹਾਈ ਕਰ ਦਿੱਤੀ। ਅਗਲੇ ਉਹ ਚੜ੍ਹਿਆ ਬੀੜੀ ਅਕਾਲੀ ਚੋਟਾ ਮਾਰ ਕੇ ਉਸ ਟਾਕ ਤੇ ਲਟਕਾ ਲਈ ਭੈਣ ਭੁਜੰਗ ਦੀ, ਉਸ ਮੋਢੇ ਕਹੀ ਦੁਲਾਰੀ ਪੁੱਤਰੀ ਕਾਲ ਦੀ, ਉਸ ਸੱਜੇ ਸਾਂਗ ਉਠਾ ਲਈ ਬਲ ਦੀ ਲਾੜ ਜੋ, ਉਹਦੇ ਕਰਦੇ ਸਿਰ ਖਵਾਲੀ ਚੱਕਰ ਸਿਰ ਦੇ, ਉਹਦੇ ਮੱਥੇ ਡਲਕੇ ਲਾਲੀ ਸਵਾਈ ਸੋਰ ਜੋ, ਉਹਦੇ ਨੇਤਰ ਦੇਣ ਦੇ ਖਾਲੀ ਤਾਰੇ ਡਲਕਦੇ, ਕੋਈ ਤੱਕੇ ਚੱਟ ਨਿਰਾਲੀ ਚੁੱਕਿਆ ਕਾਲ ਦੀ, ਉਹ ਪਾਸੇ ਰਵਾਂ ਉਹ ਪਾਸੇ ਰੰਗਾ ਵਾਲੀ ਯੋਧਾ ਦੇਖਦਾ, ਉਹਦੇ ਡਰ ਤੇ ਖਲੀ ਸਵਾਲੀ ਜਾਵੇ ਮੌਤ ਵੀ, ਮਾਨੋ ਮੌਤ ਵੀ ਦਿਖਾਵਣ ਮਰ ਕੇ ਸਿੰਘ ਦੇ ਬੂਹੇ ਤੇ ਚੋਰੀ ਹਰ ਕੇ ਖਲੋਤੀ, ਤੇ ਮੰਤਾ ਦਾ ਰੱਬ ਬਣ ਜਾਏ ਉਹਦੀ ਵੀ ਕੀਮਤ ਕਰ ਜਾਂਦੀ ਹੈ, ਮੌਤ ਦੀ ਕੀਮਤ ਕਿੱਥੇ ਰਹਿ ਜਾਏਗੀ। ਰਹੀਮ ਮੁਸਲਮਾਨ ਹੈ, ਮੈਂ ਹਿੰਦੀ ਦਾ ਮਹਾਨ ਕਵੀ, ਉਸਨੇ ਇੱਕ ਦੋਹਾ ਬੜਾ ਸੁੰਦਰ ਕਿਹਾ, ਕਹਿਦਾ ਰਹਿਮਨ ਜਾਤਕਤਾ ਕਹੇ, ਜਾਤਕਤਾ ਮੰਗਣ ਦਾ ਕੰਮ, ਰਹਿਮਨ ਜਾਤਕਤਾ ਕਹੇ ਬੜੇ ਛੋਟ ਹੈ ਜਾਤ, ਨਾਰਾਇਣ ਹੋ ਕੋ ਭਇਓ ਬਾਣ ਆਂਗ ਰਗਾ। ਪੁਰਾਣੇ ਕਥਾ ਹੈ ਰਾਜਾ ਬਲ ਨੂੰ ਛੱਡਣ ਵਾਸਤੇ ਭਗਵਾਨ ਬਾਣਾ ਰੂਪ ਤਾਰ ਕੇ ਪੰਡਤ ਆਇਆ, ਮਤਲਬ ਉਹਦੀ ਕੀਮਤ ਵੀ ਘੱਟ ਗਈ ਹੈ, ਕਿਤੇ ਭਗਵਾਨ ਪ੍ਰਸਿੱਧ ਰਚਨਹਾਰਾ, ਕਿਤੇ ਇੱਕ ਭਗਤ ਦੇ ਸਾਹਮਣੇ ਤਿਖਾਰੀ ਬਣ ਕੇ ਖਲੋਤਾ, ਤਾਂ ਮੌਤ ਦੇ ਸਾਹਮਣੇ ਤਿਖਾਰਨ ਬਣ ਕੇ ਆਈ ਹੈ, ਉਸ ਨੂੰ ਪੈ ਕਿਸ ਗੱਲ ਦਾ ਹੋਏ। ਹੁਣ ਵਿਚਾਰਨ ਵਾਲੀ ਚੀਜ਼ ਹੈ ਕਿ ਰਸਤੇ ਵਿੱਚ ਮੋਰਚੇ ਮੱਲੀ ਬੈਠਾ ਦੁਸ਼ਮਣ, ਗਿਣਤੀ ਆਪਣੇ ਨਾਲੋਂ 10-4 ਗੁਣਾ ਜ਼ਿਆਦਾ ਹੈ, ਮਰਸਿੰਘਾਂ ਦੀ ਦਲੇਰੀ ਮਾਰ ਕੇ ਨਿਕਾਲਿਆ ਚੋਰ, ਦੁਸ਼ਮਣ ਦੇ ਸਾਹਮਣੇ ਪਹੁੰਚ ਕੇ ਤੇ ਕੈਬ ਦਾ ਧਾਰਾ ਬੋਲ ਦਿੰਦਾ ਬਾਬਾ ਦੀਪ ਸਿੰਘ ਕਿਵੇਂ ਬਾਈ।
ਸਹਿਮਾਸਤਾ ਮਸਕੀਨ ਲਿਖਦਾ ਹੈ ਕਿ ਸਾਰੀ ਫੌਜ ਇਹ ਨਿਕਲ ਰਹੇ ਔਰ ਸਿੰਘਾਂ ਨੇ ਇਹ ਦਲੇਰੀ ਨਾਲ ਹਮਲਾ ਕੀਤਾ, ਸਾਡੀ ਫੌਜ ਦੇ ਪੈਰ ਉੱਖੜ ਗਏ। ਕਾਲਵਾਨ ਪਾਦਰੇ ਸੀ ਸਿੱਖ, ਉਹਨਾਂ ਦਾ ਸਮਾਂ ਇੰਨਾ ਬੈਠਾ ਹੈ ਕਿ ਖਲੋਣਾ ਮੁਸ਼ਕਲ ਬਣ ਗਏ। ਕਹਿੰਦਾ ਮੋਲੀਆਂ ਪਾਲਾਂ ਨਾ ਸੁੱਠੀਆਂ ਅਤੇ ਬੜੇ ਜ਼ੋਰ ਨਾਲ ਜਹਾਂ ਖਾਨ ਨੇ ਰੋਕਿਆ, ਇੱਥੇ ਕਿ ਕਈਆਂ ਸਿਪਾਹੀਆਂ ਨੂੰ ਤਲਵਾਰ ਨਾਲ ਆਪ ਕੱਟਿਆ ਉਸਨੇ। ਫਿਰ ਦੁਕਰ ਕਿਹੜਾ ਹੈ, ਉਹਦਾ ਅਮੀਰ ਜਹਾਂ ਖਾਨ ਬੜਾ ਮੰਨਿਆ ਪਰਮੰਨਿਆ ਜਰਨੈਲ ਸੀ, ਹਾਥੀ ਤੇ ਸਵਾਰ ਹੈ, ਬਾਡੀਗਾਰਡ ਫੌਜ ਨਾਲ ਹੈ। ਹੁਕਮ ਹੋਇਆ ਅੱਗੇ ਵਧੋ, ਬਾਬਾ ਦੀਪ ਸਿੰਘ 'ਤੇ ਹਮਲਾ ਕਰ ਦਿੱਤਾ ਜਾਏ। ਇੱਕ ਪਾਸਿਓਂ ਵੱਧਦਾ ਅਮੀਰ ਜਹਾਂ ਖਾਨ, ਉਹਦੇ ਮੁਕਾਬਲੇ 'ਤੇ ਸਰਦਾਰ ਜਹਾਂ ਸਿੰਘ ਮੈਦਾਨ ਵਿੱਚ ਆ ਕੇ ਉਸਨੂੰ ਤੋਂ ਰੋਕ ਰਿਹਾ ਬਾਈ।